ਸਾਡੇ ਕੋਲ ਇੰਨੀ ਫੰਡਿੰਗ ਨਹੀਂ ਹੈਗੀ ਵੀ ਅਸੀਂ ਆਪਣਾ ਯੂਟਿਊਬ ਤੇ ਫੇਸਬੁੱਕ ਉੱਤੇ ਪ੍ਰਮੋਸ਼ਨ ਕਰ ਸਕੀਏ ਵੀ ਜਿਹਦੇ ਨਾਲ ਸਾਡੇ ਪੰਜਾਬੀ ਬੋਲਣ ਵਾਲੇ ਭੈਣ ਭਰਾ ਸਾਡੀ ਇਸ ਮੁਹਿੰਮ ਨਾਲ ਜੁੜ ਸਕਣ ਕਿ ਉਹ ਪੰਜਾਬੀ ਭੈਣ ਭਰਾ ਜਿਨ੍ਹਾਂ ਕੋਲ ਪਤੀਨਤੇ ਨਹੀਂ ਹੈਗਾ ਤੇ ਉਹ ਪਤੀਨਤੇ ਕਰਨਾ ਚਾਹੁੰਦੇ ਨੇ ਤੇ ਹਮੇਸ਼ਾ ਬੋਲੀ ਨਾਲ ਰਿਲੇਟਡ ਪ੍ਰੋਬਲਮ ਕਰਕੇ ਉਹ ਕਦੀ ਵੀ ਪਤੀਨਤੇ ਨਹੀਂ ਕਰ ਪਾਉਂਦੇ। ਸੋ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਵੀ ਅਸੀਂ ਆਪਣਾ ਪ੍ਰਮੋਸ਼ਨ ਫੇਸਬੁੱਕ ਜਾਂ ਯੂਟਿਊਬ ਉੱਤੇ ਕਰ ਸਕੀਏ ਤਾਂ ਜੋ ਉਹਨਾਂ ਤੱਕ ਵੀ ਸਾਡੀ ਇਹ ਗੱਲ ਪਹੁੰਚ ਸਕੇ। ਸੋ ਇਸ ਕਰਕੇ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ, ਆਪਣੇ ਸਰੋਤਿਆਂ ਤੋਂ ਉਮੀਦ ਕਰਦੇ ਹਾਂ ਸਾਡੇ ਚੈਨਲ ਨੂੰ ਪ੍ਰਮੋਟ ਕਰਨਗੇ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਆਈਡੀਆਂ ਤੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਪਣੇ ਪੰਜਾਬੀ ਭੈਣ ਭਰਾਵਾਂ ਤੱਕ ਇਹ ਗੱਲ ਪਹੁੰਚ ਸਕੇ ਵੀ ਆਪਾਂ ਫ੍ਰੀ ਚ ਪਤੀਨਤੇ ਯੂਟਿਊਬ ਉੱਤੇ ਕਰ ਸਕਦੇ ਹਾਂ। ਸੋ ਮੈਂ ਉਮੀਦ ਕਰਦਾ ਕਿ ਆਪ ਸਭ ਜੋ ਵੀ ਇਸ ਵੀਡੀਓ ਨੂੰ ਸੁਣਦਾ ਪਿਆ ਉਹ ਮੇਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੇ ਹੋਣਗੇ ਤੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਸ ਚੈਨਲ ਨੂੰ ਪ੍ਰਮੋਟ ਕਰਨਗੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਭੈਣ ਭਰਾਵਾਂ ਦਾ ਭਲਾ ਹੋ ਸਕੇ। ਸੋ ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਆਪ ਸਭ ਜੀ ਦਾ ਤੁਹਾਡੇ ਆਪਣੇ PBK ਚੈਨਲ ਉੱਤੇ। ਸ਼ੁਰੂ ਕਰਦੇ ਹਾਂ ਆਪਣੀ ਫ੍ਰੀ ਸੀਰੀਜ਼ ਪਤੀਨਤੇ ਇਨ ਪੰਜਾਬੀ। ਤੇ ਜਿਹੜੇ ਜਿਹੜੇ ਭੈਣ ਭਰਾ ਨੇ ਤੱਕ ਸਾਡੀ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਉਹ ਵੀਡੀਓ ਨੂੰ ਲਾਈਕ ਛੇਤੀ ਤੋਂ ਛੇਤੀ ਕਰ ਦੇਣ ਕਿਉਂਕਿ ਬਾਅਦ ਚ ਤੁਸੀਂ ਭੁੱਲ ਜਾਣਾ। ਸੋ ਜੀ ਪਿਛਲੀ ਵੀਡੀਓ ਚ ਮੈਂ ਦਿਖਾਈ ਸੀ ਇਹ ਵਾਲੀ ਫੋਟੋ ਜਿਹਦੇ ਚ ਮੈਂ ਪੁੱਛਿਆ ਸੀ ਵੀ ਕਿਹੜੀ ਗੱਡੀ ਪਹਿਲਾਂ ਜਾਏਗੀ ਤੇ ਕਿਹੜੀ ਬਾਅਦ ਚੋਂ। ਸਾਰਿਆਂ ਨੇ ਸਹੀ ਜਵਾਬ ਦਿੱਤਾ, ਸਾਰਿਆਂ ਨੂੰ ਵੀ ਪਤਾ ਹੈ ਵੀ ਕਿੱਦਾਂ ਕਿਹੜੀ ਗੱਡੀ ਜਾਣੀ ਹੈ ਕਿਉਂਕਿ ਬਿਲਕੁਲ ਹੀ ਈਜ਼ੀ ਚੈਪਟਰ ਹੈ, ਮੈਂ ਪਹਿਲਾਂ ਹੀ ਕਹਿੰਦਾ ਆ ਤੇ ਸਾਰਿਆਂ ਨੇ ਸਹੀ ਜਵਾਬ ਦਿੱਤਾ, ਪਹਿਲਾਂ ਆ ਫਿਰ ਏ ਫਿਰ ਬੀ। ਉਦਾਂ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਮਤਲਬ ਇਸ ਪੂਰੇ ਫੋਟੋ ਦਾ, ਕਿਹੜੀ ਗੱਡੀ ਨੇ ਪਹਿਲਾਂ ਜਾਣਾ ਕਿਹੜੀ ਨੇ ਨਹੀਂ। ਫਿਰ ਵੀ ਆਪਾਂ ਪਹਿਲੇ ਸਵਾਲ ਤੋਂ ਸ਼ੁਰੂ ਕਰਾਂਗੇ ਤਾਂ ਜੋ ਕੋਈ ਵੀ ਆਪਣਾ ਸਵਾਲ ਪਿੱਛੇ ਰਹਿ ਨਾ ਜਾਵੇ, ਕਿਸੇ ਵੀ ਸਵਾਲ ਨੂੰ ਮਿਸ ਨਾ ਕਰ ਜਾਈਏ, ਆਪਾਂ ਪੂਰਾ ਚੈਪਟਰ ਹੀ ਪੜਾਂਗੇ। ਸੋ ਇੱਥੇ ਪਹਿਲੇ ਸਵਾਲ 'ਚ ਕਹਿੰਦਾ ਇਨ ਲਿੰਕਰੋਚੋ ਰਿਪ੍ਰੈਜ਼ੈਂਟਾ ਦੋਨ ਫਿਗੂਰਾ ਇਲ ਵੀਕੁਲੋ ਏ ਪਾਸਾ ਦੋਪੋ ਇਲ ਵੀਕੁਲੋ ਆ ਏ ਇਲ ਵੀਕੁਲੋ ਬੀ ਪਾਸਾ ਦੋਪੋ ਇਲ ਵੀਕੁਲੋ ਏ। ਸੋ ਕਹਿੰਦਾ ਜਿਹੜੀ ਫੋਟੋ ਦਿਖਾਏਗੀ, ਜਿਹੜੇ ਚੌਰਾਹਾ ਜਿਹੜਾ ਫੋਟੋ ਦਿਖਾਇਆ ਗਿਆ, ਗੱਡੀ ਏ ਨਿਕਲੇਗੀ ਬਾਅਦ ਚੋਂ ਗੱਡੀ ਆ ਤੋਂ ਤੇ ਗੱਡੀ ਬੀ ਨਿਕਲੇਗੀ ਬਾਅਦ ਚ ਗੱਡੀ ਏ ਤੋਂ। ਸੋ ਇਨ ਸ਼ੋਰਟ ਉਹੀ ਮਤਲਬ ਹੋਇਆ ਵੀ ਇਹ ਵਾਲੀ ਗੱਡੀ ਇਸ ਗੱਡੀ ਤੋਂ ਬਾਅਦ ਚ ਜਾਏਗੀ ਤੇ ਇਹ ਵਾਲੀ ਗੱਡੀ ਇਸ ਗੱਡੀ ਤੋਂ ਬਾਅਦ ਚ ਜਾਏਗੀ। ਵੇਰੋ ਵਿਕਲੋ ਆ ਨੋਨ ਦੇ ਵਿਧਾਰੇ ਲਾ ਪ੍ਰੈਚੇਡੈਂਸਾ ਅਦਲ ਕੁਨ ਵਿਕਲੋ ਏ ਨੇ ਕਿਸੇ ਨੂੰ ਪਹਿਲ ਨਹੀਂ ਦੇਣੀ, ਏ ਨੇ ਕਿਸੇ ਨੂੰ ਪਹਿਲ ਨਹੀਂ ਦੇਣੀ। ਵੇਰੋ ਇਲ ਵਿਕਲੋ ਏ ਆ ਦ੍ਰਿਤੋ ਦੀ ਪ੍ਰੈਚੇਡੈਂਸਾ ਸੁਲ ਵਿਕਲੋ ਬੀ ਵਿਕਲੋ ਏ ਅਦ੍ਰਿਤੋ ਦੀ ਪ੍ਰੈਚੇਡੈਂਸਾ ਸੁਲ ਵਿਕਲੋ ਬੀ ਏ ਕੋਲ ਹੱਕ ਕੇ ਪਹਿਲ ਦਾ ਬੀ ਗੱਡੀ ਉੱਤੇ, ਮਤਲਬ ਕਿ ਪਹਿਲਾਂ ਜਾਏਗੀ ਏ। ਵੇਰੋ ਇਲ ਵਿਕਲੋ ਏ ਪਾਸਾ ਪ੍ਰੀਮਾ ਦੀ ਕੁਐਲੋ ਬੀ ਮਦੋਪੋ ਇਲ ਵਿਕਲੋ ਆ ਏ ਗੱਡੀ ਪਹਿਲਾਂ ਜਾਏਗੀ ਬੀ ਤੋਂ ਤੇ ਏ ਤੋਂ ਬਾਅਦ ਚੋਂ। ਵੇਰੋ ਹੋ ਗਿਆ। ਅੱਗੇ ਕਹਿੰਦਾ ਇਲ ਵਿਕਲੋ ਬੀ ਦੇਵੇ ਪਸਾਰੇ ਪਹਿਲੋਲਤੀਮੋ ਬੀ ਨੇ ਸਭ ਤੋਂ ਬਾਅਦ ਚੋਂ ਜਾਣਾ, ਬੀ ਨੇ ਸਭ ਤੋਂ ਬਾਅਦ ਚੋਂ ਜਾਣਾ। ਵੇਰੋ ਇਲ ਵਿਕਲੋ ਬੀ ਨੋਨ ਦੇਵੇ ਦਾ ਲਾ ਪ੍ਰੈਚੇਡੈਂਸਾ ਅਦਲ ਕੁਨ ਵਿਕਲੋ ਹੁਣ ਕਹਿੰਦਾ ਬੀ ਨੇ ਕਿਸੇ ਨੂੰ ਪਹਿਲ ਨਹੀਂ ਦੇਣੀ। ਫਾਲਸੋ ਇੱਥੇ ਏ ਦੀ ਗੱਲ ਹੋਈ ਕਿ ਏ ਨੇ ਕਿਸੇ ਨੂੰ ਪਹਿਲ ਨਹੀਂ ਦੇਣੀ। ਅੱਗੇ ਕਹਿੰਦਾ ਇਲ ਵਿਕਲੋ ਆ ਦੇਵੇ ਦਾ ਲਾ ਪ੍ਰੈਚੇਡੈਂਸਾ ਅਲ ਵਿਕਲੋ ਬੀ ਏ ਨੇ ਪਹਿਲ ਦੇਣੀ ਹੈ ਬੀ ਨੂੰ। ਫਾਲਸੋ ਏ ਨੇ ਕਿਸੇ ਨੂੰ ਪਹਿਲ ਦੇਣੀ, ਏ ਵਿਹਲਾ ਹੈ ਉਹ ਜਾ ਸਕਦਾ। ਵੱਧਦੇ ਅਗਲੇ ਸਵਾਲ ਤੇ ਇਲ ਵਿਕਲੋ ਬੀ ਨੋਨ ਦੇਵੇ ਦਾ ਲਾ ਪ੍ਰੈਚੇਡੈਂਸਾ ਅਲ ਵਿਕਲੋ ਏ ਬੀ ਨੇ ਪਹਿਲ ਨਹੀਂ ਦੇਣੀ ਏ ਨੂੰ ਜਦਕਿ ਦੇਣੀ ਹੈ, ਇਸ ਕਰਕੇ ਫਾਲਸੋ। ਇਵਿਕੋਲੀ ਆ ਏ ਬੀ ਪਾਸਨੋ ਕੰਟੈਂਪੋਰਾਨੀਆਮੈਂਟੇ ਦੋਪੋ ਇਲ ਵਿਕਲੋ ਏ ਏ ਤੇ ਬੀ ਇਕੱਠੇ ਜਾਣਗੇ ਈ ਗੱਡੀ ਤੋਂ ਬਾਅਦ। ਫਾਲਸੋ ਇਕੱਠੇ ਕਹਿਤਾ, ਫਾਲਸੋ ਹੋ ਗਿਆ। ਅੱਗੇ ਕਹਿੰਦਾ ਇਵਿਕੋਲੀ ਆ ਏ ਬੀ ਪਾਸਨੋ ਕੰਟੈਂਪੋਰਾਨੀਆਮੈਂਟੇ ਪ੍ਰੀਮਾ ਦਲ ਵਿਕਲੋ ਏ ਏ ਤੇ ਬੀ ਇਕੱਠੇ ਜਾਣਗੇ, ਫਿਰ ਇਹਨੇ ਕਹਿਤਾ ਪਰ ਪਹਿਲਾਂ ਜਾਣਗੇ ਏ ਤੋਂ। ਇੱਥੇ ਨੇ ਬਾਅਦ ਚ ਲਿਖਿਆ ਸੀ ਕਿ ਬਾਅਦ ਚ ਜਾਣਗੇ ਏ ਤੋਂ ਤੇ ਇੱਥੇ ਨੇ ਲਿਖਤਾ ਪਹਿਲਾਂ ਜਾਣਗੇ ਏ ਤੋਂ। ਫਾਲਸੋ ਦੋਨੋਂ ਸੂਰਤਾਂ ਵਿੱਚ ਫਾਲਸੋ ਹੈ ਕਿਉਂਕਿ ਇਕੱਠਾ ਇਹਨਾਂ ਨੇ ਨਹੀਂ ਜਾਣਾ। 624 ਨੰਬਰ ਪੇਜ, ਹੁਣ ਇਸ ਵਾਲੀ ਫੋਟੋ ਦੀ ਗੱਲ ਕਰਦੇ ਹਾਂ। ਹੁਣ ਇਹਦੇ ਦੇਖੀਏ ਤੇ ਇਹਦੇ ਰਾਈਟ ਸਾਈਡ ਸਭ ਤੋਂ ਰਾਈਟ ਜਿਹੜੀ ਗੱਡੀ ਹੈ ਉਹ ਆ ਐਸ, ਫਿਰ ਐਨ ਤੇ ਫਿਰ ਜੀ, ਮਤਲਬ ਕਿ ਐਸ ਐਨ ਜੀ। ਸਿੱਧਾ ਹੀ ਵਧਦੇ ਆ ਪਹਿਲੇ ਸਵਾਲ ਤੇ। ਇੱਥੇ ਆਰਡਰ ਲਿਖਿਆ ਨੇ ਐਸ ਐਨ ਜੀ ਐਸ ਐਨ ਤੇ ਜੀ। ਵੇਰੋ ਅੱਗੇ ਕਹਿੰਦੇ ਵੀ ਕੋਲੋ ਜੀ ਤਰਾਂ ਦਿੱਤਾ ਪਹਿਲੋਲਤੀਮੋ ਸੀ ਨੇ ਸਭ ਤੋਂ ਬਾਅਦ ਚੋਂ ਜਾਣਾ। ਵੇਰੋ ਇਲਵਿਕਲੋ ਐਨ ਨੇ ਤਰਾਂ ਦਿੱਤਾ ਦੋਪੋ ਇਲਵਿਕਲੋ ਐਸ ਏ ਪ੍ਰੀਮਾ ਦਲ ਵਿਕਲੋ ਚੀ, ਜਿਹੜੀ ਐਨ ਏ ਉਹ ਨਿਕਲੇਗੀ ਬਾਅਦ ਚੋਂ ਐਸ ਤੋਂ, ਮਤਲਬ ਕਿ ਐਸ ਤੋਂ ਬਾਅਦ ਚੋਂ ਨਿਕਲੇਗੀ ਐਨ ਪਰ ਪ੍ਰੀਮਾ ਦਲ ਵਿਕਲੋ ਚੀ ਪਰ ਸੀ ਤੋਂ ਪਹਿਲਾਂ। ਵੇਰੋ ਅੱਗੇ ਨੇ ਆਰਡਰ ਲਿਖਿਆ ਔਰ ਦਿਨੇ ਚੀ ਐਨ ਐਸ ਏ। ਫਾਲਸੋ ਸਹੀ ਆਰਡਰ ਤੇ ਐਸ ਐਨ ਚੀ ਆ, ਇੱਥੇ ਨੇ ਦਿੱਤਾ ਚੀ ਐਨ ਐਸ ਪੁੱਠਾ ਕਰਤਾ। ਫਾਲਸੋ
il vicolo N transita dopo il vicolo C e dopo del vicolo S, ਕਹਿੰਦਾ N ਜਿਹੜੀ ਗੱਡੀ ਉਹ ਟ੍ਰਾਂਜ਼ਿਟ ਕਰੇਗੀ C ਤੇ S ਤੋਂ ਬਾਅਦ N ਉਡੀਕੇਗੀ C ਤੇ S ਨੂੰ ਫਾਲਸ ਹੋ ਗਿਆ ਅੱਗੇ ਕਹਿੰਦਾ ਹੈ ਇਲ ਵੀ ਕੋਲੋ ਚੀ ਟ੍ਰਾਂਜ਼ਿਟ ਪਰ ਪ੍ਰੀਮੋ ਫਾਲਸੋ ਪ੍ਰੀਮੋ ਤੇ S ਨੇ ਜਾਣਾ ਇਸ ਕਰਕੇ ਵੀ ਫਾਲਸੋ 625 ਹੁਣ ਇਸ ਫੋਟੋ ਤੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਜਾਏਗੀ L ਫਿਰ A ਤੇ ਫਿਰ C ਪਰ ਫਾਲਸੋ ਪਹਿਲਾਂ ਜਾਣਾ A ਨੇ ਫਿਰ ਜਾਏਗੀ C ਤੇ ਫਿਰ ਜਾਏਗੀ L ਕਿਉਂ ਜਾਏਗੀ ਕਿਉਂਕਿ A ਨੇ ਸੁਬੀ ਤੋਂ ਮੁੜਦਾ ਹੈ ਇਹਨੇ ਇੱਕੋ ਦਮ ਸੱਜੇ ਮੁੜਦਾ ਹੈ ਮੋੜ ਵੇਖਦੇ ਪਏ ਇੱਕੋ ਦਮ ਜਿਹੜੇ ਤੀਰ ਦੇ ਨਿਸ਼ਾਨ ਬਣੇ ਨੇ ਇਹਨੇ ਇੱਕੋ ਦਮ ਮੁੜ ਜਾਣਾ ਸੱਜੇ ਪਾਸੇ ਸੋ ਕਹਿੰਦਾ ਪਹਿਲਾਂ A ਜਾਏਗੀ ਸੋ ਹੁਣ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਵੀ ਜਿਹੜੀ ਗੱਡੀ ਸੁਬੀ ਤੋਂ ਇੱਕੋ ਦਮ ਸੱਜੇ ਮੁੜਦੀ ਹੋਵੇ ਹਮੇਸ਼ਾ ਤੀਰਾਂ ਨੂੰ ਮੈਂ ਪਹਿਲਾਂ ਵੀ ਕਹਿੰਦਾ ਵੀ ਤੀਰ ਹਮੇਸ਼ਾ ਦੇਖਣੇ ਨੇ ਤੀਰ ਦੇਖਣੇ ਨੇ ਜਿਹੜੀ ਗੱਡੀ ਇੱਕੋ ਦਮ ਸੱਜੇ ਮੁੜਦੀ ਪਈ ਨਾ ਉਹਨੂੰ ਪਹਿਲ ਦੇ ਦੇਣੀ ਇੱਕੋ ਦਮ ਸੱਜੇ ਸੋ A ਜਾਏਗੀ ਫਿਰ C ਤੇ ਫਿਰ L ਹੁਣ C ਪਾ ਚੁੱਕਿਓ ਹੈ ਤੇ L ਉਸ ਤੋਂ ਬਾਅਦ ਚੁੱਕਿਓ ਹੈ L ਨੇ ਐਂਡ ਵਿੱਚ ਜਾਣਾ ਹੈ ਕਿਉਂਕਿ ਉਹ ਦੂਸਰੇ ਦੀ ਦੂਸਰੇ ਗੱਡੀ ਦਾ ਰਾਹ ਕੱਟਦੀ ਪਈ ਹੈ ਵੇਖੋ ਇਹ ਗੱਡੀ ਨੇ ਇੱਧਰ ਜਾਣਾ ਸੀ ਪਰ ਇਹ ਗੱਡੀ ਆ ਕੇ ਇੱਥੇ ਮੁੜਦੀ ਪਈ ਤੇ ਤਾਂ ਦੂਸਰੀ ਗੱਡੀ ਦਾ ਰਾਹ ਕੱਟਦੀ ਪਈ ਹੈ ਜਿਸ ਕਰਕੇ L ਜਾਏਗੀ ਬਾਅਦ ਚੋਂ ਪਹਿਲਾਂ A ਫਿਰ C ਫਿਰ L ਵੱਧਦੇ ਹਾਂ ਪਹਿਲੇ ਸਵਾਲ ਤੇ ਇਨ ਫਿਗੂਰਾ ਇਲ ਵੀਕੋਲੋ ਆ ਪਾਸਾ ਪਰ ਪ੍ਰੀਮੋ A ਗੱਡੀ ਜਾਏਗੀ ਪਹਿਲਾਂ ਵੇਰੋ ਇਲ ਵੀਕੋਲੋ ਚੀ ਦੇਵ ਦਰਲਾ ਪ੍ਰੈਸੀਡੈਂਸਾ ਅਲ ਵੀਕੋਲੋ ਆ C ਨੇ ਪਹਿਲ ਦੇਣੀ A ਨੂੰ C ਨੇ ਪਹਿਲ ਦੇਣੀ A ਨੂੰ ਵੇਰੋ ਇਲ ਵੀਕੋਲੋ L ਹੈ ਪਾਸਾ ਪਰ ਲੂਤੀਮੋ L ਜਾਏਗੀ ਐਂਡ 'ਚ ਵੇਰੋ ਅੱਗੇ ਨੇ ਔਰ ਦੀ ਨਹੀਂ ਲਿਖਿਆ ਆ ਚੀ L ਆ ਚੀ L ਵੇਰੋ ਅੱਗੇ ਕਹਿੰਦਾ ਇਲ ਵੀਕੋਲੋ ਆ ਦੇਵੇ ਅਤੇਂਦਰੇ ਕੇਸੀਆ ਨੂੰ ਟ੍ਰਾਂਜ਼ਿਟਾਤੀ ਈ ਵੀਕੋਲੀ L ਹੈ ਚੀ A ਨੂੰ ਵੇਟ ਕਰਨੀ ਪੈਣੀ ਹੈ ਕਿ ਕ੍ਰੋਸ ਕਰ ਜਾਣ ਨਿਕਲ ਜਾਣ L ਤੇ C A ਨੂੰ ਵੇਟ ਕਰਨੀ ਪੈਣੀ ਇੱਥੋਂ ਹੀ ਫਾਲਸ ਹੋ ਗਿਆ ਅੱਗੇ ਕਹਿੰਦਾ ਇਲ ਵੀਕੋਲੋ L ਹੈ ਪਾਸਾ ਪੇ ਪ੍ਰੀਮੋ L ਪਹਿਲਾਂ ਜਾਏਗੀ ਫਾਲਸੋ ਔਰ ਦੀ ਨੇ ਲਿਖਿਆ L ਚੀ ਆ ਫਾਲਸੋ ਅੱਗੇ ਕਹਿੰਦਾ ਇਲ ਵੀਕੋਲੋ ਚੀ ਦੇਵੇ ਅਤੇਂਦਰੇ ਇਲ ਟ੍ਰਾਂਜ਼ਿਟੋ ਦਲ ਵੀਕੋਲੋ L C ਨੂੰ ਵੇਟ ਕਰਨੀ ਪੈਣੀ L ਦੀ C ਨੂੰ ਵੇਟ ਕਰਨੀ ਪੈਣੀ L ਦੀ ਪਰ ਜਦਕਿ L ਰਾਹ ਘਟਦੀ ਪਈ ਹੈ ਇਸ ਕਰਕੇ L ਨੂੰ ਵੇਟ ਕਰਨੀ ਪੈਣੀ ਹੈ ਫਾਲਸੋ 626 ਓਕੇ ਜੀ ਹੁਣ ਇਹਦੇ ਵਿੱਚ ਪਹਿਲਾਂ H ਜਾਏਗੀ ਜਿਵੇਂ ਕਿ ਸੁਬੀ ਤੋਂ ਮੁੜਦੀ ਪਈ ਸੱਜੇ ਪਾਸੇ ਸੋ H ਜਾਏਗੀ ਫਿਰ ਨਿਯਮ ਲਾਗੂ ਹੋ ਜਾਏਗਾ ਸੱਜੇ ਵਾਲਾ H A F ਤੇ L ਮਤਲਬ ਕਿ H ਪਹਿਲਾਂ ਨਿਕਲ ਗਈ ਫਿਰ A ਦਾ ਸੱਜਾ ਖਾਲੀ A ਜਾਏਗੀ ਫਿਰ F ਜਿਹਦਾ ਸੱਜਾ ਖਾਲੀ ਹੋ ਚੁੱਕਿਆ A ਦੇ ਜਾਣ ਤੋਂ ਬਾਅਦ ਫਿਰ F ਜਾਏਗੀ ਫਿਰ L ਜਿਹਦਾ ਸੱਜਾ ਖਾਲੀ ਹੋ ਗਿਆ F ਦੇ ਜਾਣ ਤੋਂ ਬਾਅਦ ਸੋ H A F L ਇੱਥੇ ਆਟੋਬਸ ਲਿਖਿਆ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਕੋਲ ਪ੍ਰੈਸੀਡੈਂਸ ਆ ਆਟੋਬਸ ਨੋਰਮਲ ਗੱਡੀਆਂ ਵਿੱਚ ਗਿਣੀ ਜਾਂਦੀ ਜੇਕਰ ਇੱਥੇ ਤਰਾਮ ਹੋਏਗੀ ਫਿਰ ਤਰਾਮ ਕੋਲ ਪ੍ਰੈਸੀਡੈਂਸ ਹੋਏਗਾ ਵੱਧਿਆ ਪਹਿਲੇ ਸਵਾਲ ਤੇ ਇਲ ਵੀਕਲੋ F ਦੇ ਵਿਆ ਤੇਂਦਰੇ ਇਲ ਤਰਾਂਸ ਤੋਂ ਦਲ ਵੀਕਲੋ ਆ F ਨੂੰ ਵੇਟ ਕਰਨੀ ਪੈਣੀ ਹੈ ਕਿ ਗੱਡੀ A ਨਿਕਲ ਜਾਵੇ F ਨੂੰ ਵੇਟ ਕਰਨੀ ਪੈਣੀ ਕਿ A ਨਿਕਲ ਜਾਵੇ ਵੇਰੋ ਇਲ ਵੀਕਲੋ L ਦੇ ਵਿਆ ਤੇਂਦਰੇ ਇਲ ਤਰਾਂਸ ਤੋਂ ਦਈ ਵੀਕੋਲੀ ਆ ਅਤ F ਕਹਿੰਦਾ L ਗੱਡੀ ਨੂੰ ਵੇਟ ਕਰਨੀ ਪੈਣੀ ਹੈ ਕਿ L ਗੱਡੀ ਨੂੰ ਵੇਟ ਕਰਨੀ ਪੈਣੀ A ਤੇ F ਨਿਕਲ ਜਾਣ ਵੇਰੋ ਇਲ ਵੀਕਲੋ A ਦੇ ਵਿਆ ਤੇਂਦਰੇ ਇਲ ਤਰਾਂਸ ਤੋਂ ਦਲ ਵੀਕਲੋ ਆਕਾ A ਗੱਡੀ ਨੂੰ ਵੇਟ ਕਰਨੀ ਪੈਣੀ ਹੈ ਕਿ ਨਿਕਲ ਜਾਵੇ H A ਨੂੰ ਵੇਟ ਕਰਨੀ ਪੈਣੀ ਕਿ H ਨਿਕਲ ਜਾਏ ਵੇਰੋ ਇਲ ਵੀਕੋਲੋ L ਦੇ ਵੇ ਟ੍ਰਾਂਜ਼ਿਟ ਆ ਰੇ ਪਰ ਲੂਤੀਮੋ L ਸਭ ਤੋਂ ਐਂਡ 'ਚ ਜਾਏਗੀ ਵੇਰੋ ਇਲ ਵੀਕੋਲੋ ਆਕਾ ਟ੍ਰਾਂਜ਼ਿਟ ਪਰ ਪ੍ਰੀਮੋ ਆਕਾ ਟ੍ਰਾਂਜ਼ਿਟ ਪਰ ਪ੍ਰੀਮੋ ਵੇਰੋ ਅੱਗੇ ਨੇ ਔਰ ਦੀ ਨੇ ਲਿਖਿਆ ਆਕਾ ਆ F L ਆਕਾ ਆ F L ਵੇਰੋ ਅੱਗੇ ਖੋਰ ਔਰ ਦੀ ਨੇ ਲਿਖਿਆ ਆ F L ਆਕਾ ਫਾਲਸੋ ਹੁਣੇ ਕਰਕੇ ਹਟੇ ਆਪਾਂ ਇਲ ਵੀਕੋਲੋ F ਦੇ ਵੇ ਟ੍ਰਾਂਜ਼ਿਟ ਆ ਰੇ ਪਰ ਪ੍ਰੀਮੋ F ਨੇ ਜਾਣਾ ਟ੍ਰਾਂਜ਼ਿਟ ਕਰਨਾ ਪਹਿਲਾਂ F ਨੇ ਫਾਲਸੋ ਇਲ ਵੀਕੋਲੋ ਆਕਾ ਦੇ ਵਿਆਤੇਂਦਰੇ ਇਲ ਟ੍ਰਾਂਜ਼ਿਟੋ ਦਲ ਵੀਕੋਲੋ L H ਨੇ ਤੇ ਪਹਿਲਾਂ ਜਾਣਾ ਇਸ ਕਰਕੇ ਉਹਨੂੰ ਵੇਟ ਕਰਨ ਦੀ ਲੋੜ ਹੀ ਨਹੀਂ ਫਾਲਸੋ ਇਲ ਵੀਕੋਲੋ ਆਕਾ ਦੇ ਵਿਆਤੇਂਦਰੇ ਇਲ ਟ੍ਰਾਂਜ਼ਿਟੋ ਦਲ ਵੀਕੋਲੋ F H ਨੂੰ ਕਹਿੰਦਾ ਫਿਰ ਤੋਂ ਕਹਿੰਦਾ H ਨੂੰ ਵੇਟ ਕਰਨੀ ਪੈਣੀ F ਦੀ ਫਾਲਸੋ ਇਲ ਵੀਕੋਲੋ A ਦੇ ਵਿਆਤੇਂਦਰੇ ਇਲ ਟ੍ਰਾਂਜ਼ਿਟੋ ਦਲ ਵੀਕੋਲੋ F ਇਹ ਵੀ ਫਾਲਸੋ ਕਿਉਂ ਕਿਉਂਕਿ A ਦੂਸਰੇ ਨੰਬਰ ਤੇ ਜਾਏਗੀ ਉਹਨੂੰ ਨਹੀਂ ਵੇਟ ਕਰਨੀ ਪੈਣੀ F ਦੀ 626 ਕੰਪਲੀਟ 627 ਸੋ ਜੀ ਹੁਣ ਇਸ ਸਵਾਲ ਦੀ ਗੱਲ ਸਪੋਰਟ ਦੀ ਗੱਲ ਕਰਦੇ ਹਾਂ ਪਹਿਲਾਂ ਜਾਏਗੀ L ਕਿਉਂਕਿ ਉਹ ਸੂਬੀ ਤੋਂ ਮੁੜਦੀ ਪਈ ਹੈ ਫਿਰ ਸੱਜੇ ਨੂੰ ਪਹਿਲ ਫਿਰ ਜਾਏਗੀ E N ਤੇ R ਵੱਧਦੇ ਹਾਂ ਪਹਿਲੇ ਸਵਾਲ ਤੇ
Secondo le norme di precedenza nell'incrocio ripresentato in figura, il vicolo N deve attendere il transito del vicolo E. N non verka ni beni idi. N non verka ni beni idi. Vero? Agikende, il vicolo E deve attendere il transito del vicolo L. E non verka ni beni L. Vero? Agikende, il vicolo R deve attendere il transito dei vicoli E ad N. E ad N e di verka ni beni Arno. Vero? Anche ora lì che è L-E-N-R, L-I-N-R, vero. So, le so che il vicolo R, e di che filo bussa, ha precedenza sugli altri vicoli, o di quel hacke dusri gadiante. Pa e filo busse, appa e nupel nei deni, è normal gadiame ci gini giandi. Jekar tram hoegi, me repeat karda, jekar tram hoegi, o nupel deni, e filo bus nupel nei deni. Motobus, filo bus in nupel nei deni. Se è falso, andà. Il vicolo E deve attendere il transito del vicolo R. E non vedo che R nica già ve. E non vedo che R nica già ve. Falso. Il vicolo L deve attendere il transito del vicolo R. Gaddi L già lì, non vedo che R nica già ve. L non vedo che R nica già ve. Falso. Again. Il vicolo E deve attendere il transito dei vicoli N e R. E non vedo che N te R nica già. Falso. E deve attendere il transito del vicolo N. E non vedo che N di. Falso. Order di che? Ovi falso. C'è stai complete? C'è stai. Se è meglio. Ma diensi dai pelle solte. Nell'incrocio ripresentato nel figura, il conducente del vicolo E deve dare la precedenza al vicolo L. E ne pel denie L. E ne pel denie L. Vero? E deve dare la precedenza al vicolo proveniente sulla destra. E ne perde ni gire del sagge passion gadi andi. Vero? Anche che andè? Vicolo E non ha l'obbligo di dare la precedenza al filobus. E te obbligo nei hega. Non ha obbligo. Obbligo nei hega perde da filobus nu. Vero? E te filobus wala koi bhi obbligo nei hega. Anche che andè? Vicolo E passa prima dell'autocarro N dopo il transito del vicolo L. E pella jaegi autocarro to, matlab truck to N. Te par baad cho L to, vero? Agge kende? E passa dopo il filobus ma prima del vicolo N. N to pella jaegi per filobus to baad. Falso. E deve dare la precedenza all'autocarro perché prosegue dritto. So che l'autocarro si dà già a scaricare che E ne autocarro nu pel denie. Falso. E ha la precedenza sui vicoli provenienti da destra e da sinistra. E col hacke, dusri gaddie di andi ne sagge te cabbio. Falso. Il conducente del E passa per primo. E che anda pela jaega. Falso. L pela jaegi. Ma denglete? Ci sono atti? So, una esporta vec? Ed ci è appena si dà in modo Ikudami subito destra on desk karke P D B L P D B L Vadde pelle svolte. Il vicolo P può passare per primo. P pela nikal sakda, vero? Il vicolo D deve dare la precedenza al vicolo P. D ne pelle ni pinu, vero? Il vicolo B deve attendere che siano transitati i vicoli P e D. P e D nikal gaye hon ta B jayegi, matlab ki B nu wait karni padni hai D te P di. Vero? Il vicolo L deve dare la precedenza al vicolo B. L ne pel deni hai B nu, L ne pel deni hai B nu, vero? Agge order likhe hai P D B L, P D B L, vero? Il vicolo B deve dare la precedenza al vicolo L. B ne pel deni L. Falso, onde utte precedenza hai, matlab ke B pehla jayegi. B ne L di wait nahi karni. Falso hai andar. Agge kehanda il vicolo P deve attendere che siano transitati altri tre vicoli. P nu wait karni pehni ke baki gaddiyan nikal gaya hon, jad ki P ne pehla jana hai, is karke falso. Agge order likhya vi galt P di L B. Dhyan deo itthe sirf maada jayi badlya ne B nu agge karta te L nu piche karta. Falso hai. Agge kehanda i vicoli D e L passano contemporaneamente per primi. D e L che andai cattè giannaghe, te pella. Falso.
630 ਹੁਣ ਇੱਥੇ ਵੀ ਸੁਬੀ ਤੋਂ ਦਸਤਰਾ ਵਾਲਾ ਡੀ ਜਿਹੜੀ ਕੋਦਾ ਮੁੜਦੀ ਪੀ ਇਸ ਕਰਕੇ ਡੀ ਪਹਿਲਾਂ ਫਿਰ ਪੀ ਫਿਰ ਬੀ ਤੇ ਫਿਰ ਐਨ ਵੱਧਦੇ ਹਾਂ ਪਹਿਲੇ ਸਵਾਲ ਤੇ ਆਰਡਰ ਲਿਖਿਆ ਹੈ ਡੀ ਪੀ ਬੀ ਐਨ ਡੀ ਪੀ ਬੀ ਐਨ ਵੇਰੋ ਅੱਗੇ ਕਹਿੰਦਾ ਐਨ ਦੇਵੇ ਪਸਾਰੇ ਪਹਿਲੋ ਉਲਤੀਮੋ ਐਨ ਸਭ ਤੋਂ ਬਾਅਦ ਚ ਜਾਏਗੀ ਵੇਰੋ ਬੀ ਦੇਵੇ ਪਸਾਰੇ ਦੋ ਪੋਇਲ ਵੀ ਕੋਲੋ ਪੀ ਵੇਰੋ ਅੱਗੇ ਕਹਿੰਦਾ ਦੀ ਪਾਸਾ ਪੀਮਾ ਦਿਲੀ ਆਲਤਰੀ ਵੀ ਕੋਲੀ ਦੀ ਜਾਏਗੀ ਪਹਿਲਾਂ ਹੋਰ ਗੱਡੀਆਂ ਤੋਂ ਵੇਰੋ ਬੀ ਪਾਸਾ ਪ੍ਰੀਮਾ ਦਿਲ ਵੀ ਕੋਲੋ ਐਨ ਏ ਬੀ ਪਹਿਲਾਂ ਜਾਏਗੀ ਐਨ ਤੋਂ ਵੇਰੋ ਐਨ ਏ ਪਾਸਾ ਦੋ ਪੋ ਇਲ ਵੀ ਕੋਲੋ ਬੀ ਐਨ ਜਾਏਗੀ ਬਾਅਦ ਚੋਂ ਬੀ ਤੋਂ ਵੇਰੋ ਅੱਗੇ ਕਹਿੰਦਾ ਪੀ ਪੋ ਪਸਾਰੇ ਪ੍ਰੀਮਾ ਦਿਲ ਵੀ ਕੋਲੋ ਬੀ ਪੀ ਪੋ ਪਸਾਰੇ ਦੋ ਪੋ ਇਲ ਵੀ ਕੋਲੋ ਦੀ ਪੀ ਪੋ ਪਸਾਰੇ ਪ੍ਰੀਮਾ ਦਿਲ ਵੀ ਕੋਲੋ ਬੀ ਪੀ ਪੋ ਪਸਾਰੇ ਪ੍ਰੀਮਾ ਦਿਲ ਵੀ ਕੋਲੋ ਬੀ ਵੇਰੋ ਅੱਗੇ ਆਰਡਰ ਲਿਖਿਆ ਵੀ ਗਲਤ ਡੀ ਬੀ ਐਨ ਪੀ ਫਿਰ ਅੱਗੇ ਲਿਖਿਆ ਪੀ ਬੀ ਐਨ ਡੀ ਇਹ ਵੀ ਫਾਲਸੋ ਦੋਨੋਂ ਹੀ ਫਾਲਸੋ ਨੇ ਅੱਗੇ ਕਹਿੰਦਾ ਡੀ ਏ ਐਨ ਏ ਪਾਸ ਨੂੰ ਕੰਟੈਂਪੋਰਾ ਨੇ ਮਿੰਟੇ ਡੀ ਤੇ ਐਨ ਕਹਿੰਦਾ ਇਕੱਠੇ ਜਾਣਗੇ ਫਾਲਸੋ ਪੀ ਪਾਸਾ ਪ੍ਰੀਮਾ ਦਿਲ ਵੀ ਕੋਲੋ ਬੀ ਮਨ ਦੋ ਪੋ ਕੋਲੋ ਐਨ ਏ ਪੀ ਨਿਕਲੇਗੀ ਪਹਿਲਾਂ ਬੀ ਤੋਂ ਪਰ ਬਾਅਦ ਚੋਂ ਐਨ ਤੋਂ ਪੀ ਜਾਏਗੀ ਪਹਿਲਾਂ ਬੀ ਤੋਂ ਪਰ ਬਾਅਦ ਚੋਂ ਐਨ ਤੋਂ ਇੱਥੋਂ ਫਾਲਸ ਹੋ ਗਿਆ ਜਿੱਥੇ ਨੇ ਕਹਿਤਾ ਵੀ ਬਾਅਦ ਚੋਂ ਐਨ ਤੋਂ ਜਾਏਗੀ ਇੱਥੇ ਤੱਕ ਤੇ ਸਹੀ ਸੀ ਵੀ ਪੀ ਜਾਏਗੀ ਪਹਿਲਾਂ ਬੀ ਤੋਂ ਪੀ ਜਾਏਗੀ ਪਹਿਲਾਂ ਬੀ ਤੋਂ ਇੱਥੇ ਤੱਕ ਵੇਰੋ ਸੀ ਸੋ ਇਹ ਫਾਲਸ ਹੋ ਗਿਆ ਵੱਧਦੇ ਅੱਗੇ ਪਸ ਨੂੰ ਪਰ ਪ੍ਰੀਮੀ ਇਨਡਿਫਰੈਂਟਮੈਂਟੇ ਇਵੀ ਕੋਲੀ ਬੀ ਇਹਦੀ ਨਿਕਲਣਗੇ ਪਹਿਲਾਂ ਬਿਨਾਂ ਕਿਸੇ ਦੀ ਪਰਵਾਹ ਕੀਤੇ ਗੱਡੀ ਬੀ ਤੇ ਡੀ ਬੀ ਤੇ ਡੀ ਕਹਿੰਦਾ ਬਿਨਾਂ ਕਿਸੇ ਦੀ ਪਰਵਾਹ ਕੀਤੇ ਬਿਨਾਂ ਹੀ ਨਿਕਲ ਸਕਦੇ ਨੇ ਫਾਲਸੋ ਇੱਥੇ ਡੀ ਨੇ ਪਹਿਲਾਂ ਜਾਣਾ ਹੈ ਵੱਧਦੇ ਹਾਂ ਅਗਲੇ ਪੇਜ ਤੇ 630 ਕੰਪਲੀਟ ਵੱਧਦੇ ਹਾਂ ਅਗਲੇ ਪੇਜ ਤੇ 631 ਤੇ ਹੁਣ ਇੱਥੇ ਇੱਥੇ ਵੀ ਸੇਮ ਹੋਈ ਰੂਲ ਜਿੰਨੇ ਸੱਜੇ ਮੁੜਨਾ ਇੱਕੋ ਦਮ ਉਹ ਪਹਿਲਾਂ ਜਾਏਗਾ ਮਤਲਬ ਕਿ ਡੀ ਪਹਿਲਾਂ ਫਿਰ ਸੀ ਫਿਰ ਏ ਤੇ ਫਿਰ ਐਚ ਵੱਧਦੇ ਹਾਂ ਪਹਿਲੇ ਸਵਾਲ ਤੇ ਇੱਥੇ ਆਰਡਰ ਲਿਖਿਆ ਡੀ ਸੀ ਏ ਐਚ ਡੀ ਸੀ ਏ ਐਚ ਵੇਰੋ ਆ ਆਲਾ ਦਿਸਤਰਾ ਉਕਪਾਤਾ ਏ ਦਾ ਸੱਜਾ ਪਾਸਾ ਬੀਜੀ ਏ ਸੱਜਾ ਪਾਸਾ ਬੀਜੀ ਏ ਏ ਦਾ ਵੇਰੋ ਹੋ ਗਿਆ ਅੱਗੇ ਕਹਿੰਦਾ ਦੀ ਆਲਾ ਪ੍ਰੈਚਿਡੈਂਸਾ ਸੂਵੀ ਕੋਲੋ ਚੀ ਡੀ ਕੋਲ ਪ੍ਰੈਚਿਡੈਂਸਾ ਏ ਸੀ ਉੱਤੇ ਵੇਰੋ ਦੀ ਐ ਇਲ ਪ੍ਰੀਮੋ ਐਦ ਇੰਪੈਨਿਆਰ ਇਨ ਕਰੋਚੋ ਡੀ ਏ ਜਿਹੜੀ ਪਹਿਲਾਂ ਬਿਜ਼ੀ ਕਰੇਗੀ ਚੁਰਾਹੇ ਨੂੰ ਡੀ ਪਹਿਲਾਂ ਹੀ ਜਾਏਗੀ ਵੇਰੋ ਅੱਗੇ ਕਹਿੰਦਾ ਆਕਾ ਐਲ ਉਲਤੀਮੋ ਐਦ ਅਤਰਾਵੈਰਸਾਰ ਇਲ ਕਰੋਚੋ ਐਚ ਐਂਡ ਚ ਕਰੋਸ ਕਰੇਗੀ ਚੁਰਾਹੇ ਨੂੰ ਵੇਰੋ ਦੀ ਦੇਵੇਦਾਰ ਲਾ ਪ੍ਰੈਚਿਡੈਂਸਾ ਅਕਵੈਲੋ ਚੀ ਡੀ ਨੇ ਪਹਿਲ ਦੇਣੀ ਹੈ ਸੀ ਨੂੰ ਇੱਥੋਂ ਹੀ ਫਾਲਸ ਹੋ ਗਿਆ ਜਿੱਥੇ ਕਹਿੰਦਾ ਡੀ ਨੇ ਪਹਿਲ ਦੇਣੀ ਡੀ ਨੇ ਤੇ ਕਿਸੇ ਨੂੰ ਪਹਿਲ ਨਹੀਂ ਦੇਣੀ ਡੀ ਤੇ ਪਹਿਲਾਂ ਜਾਏਗੀ ਅੱਗੇ ਕਹਿੰਦਾ ਚੀ ਅਤਰਾਵੈਰਸਾ ਪਰ ਪ੍ਰੀਮੋ ਸੀ ਪਹਿਲਾਂ ਕਰੋਸ ਕਰੇਗੀ ਫਾਲਸੋ ਆ ਅਤਰਾਵੈਰਸਾ ਲਿੰਕ ਕਰੋਚੋ ਪ੍ਰੀਮਾ ਦਿਲ ਵੀ ਕੋਲੋ ਚੀ ਆ ਕਹਿੰਦਾ ਪਹਿਲਾਂ ਕਰੋਸ ਕਰੇਗੀ ਚੁਰਾਹੇ ਨੂੰ ਸੀ ਤੋਂ ਇਹ ਸੀ ਤੋਂ ਪਹਿਲਾਂ ਕਰੋਸ ਕਰੇਗੀ ਫਾਲਸੋ ਆਰਡਰ ਲਿਖੇ ਨੇ ਦੋਨੋਂ ਗਲਤ ਈ ਵੀ ਕੋਲੇ ਚੀ ਇਹ ਆਕਾ ਪਾਸ ਨੂੰ ਪਰ ਪ੍ਰੀਮੀ ਸੀ ਤੇ ਐਚ ਪਹਿਲਾਂ ਜਾਣਗੀਆਂ ਫਾਲਸੋ 631 632 ਆ ਗਿਆ ਜੀ ਹੁਣ ਇੱਥੇ ਵੀ ਸੇਮ ਹੋਈ ਜਿੰਨੇ ਇੱਕੋ ਦਮ ਸੱਜੇ ਮੁੜਨਾ ਫਿਰ ਸੀ ਤੇ ਫਿਰ ਐਮ ਵੱਧਦੇ ਆ ਪਹਿਲੇ ਸਵਾਲ ਤੇ ਇਲਵੀ ਕੋਲੋ ਏ ਤ੍ਰਾਂਸਤਾ ਪਰ ਪ੍ਰੀਮੋ ਵੇਰੋ ਇਲਵੀ ਕੋਲੋ ਚੀ ਤ੍ਰਾਂਸਤਾ ਤੋਂ ਪੋ ਇਲਵੀ ਕੋਲੋ ਏ ਸੀ ਤ੍ਰਾਂਸ ਤੋਂ ਕਰੇਗੀ ਏ ਤੋਂ ਬਾਅਦ ਵੇਰੋ ਏ ਚੀ ਐਮ ਏ ਚੀ ਐਮ ਏ ਵੇਰੋ ਇਲਵੀ ਕੋਲੋ ਐਮ ਏ ਤ੍ਰਾਂਸਿਤਾ ਪਰ ਪ੍ਰੀਮੋ ਐਮ ਕਹਿੰਦਾ ਪਹਿਲਾਂ ਜਾਏਗੀ ਫਾਲਸ ਹੋ ਗਿਆ ਏ ਨੇ ਜਾਣਾ ਪਹਿਲਾਂ ਤੇ ਫਿਰ ਆਰਡਰ ਲਿਖਿਆ ਚੀ ਐਮ ਏ ਚੀ ਐਮ ਏ ਪੁੱਠਾ ਲਿਖਤਾ ਫਾਲਸੋ ਅੱਗੇ ਕਹਿੰਦਾ ਈਵੀ ਕੋਲੀ ਐਮ ਏ ਐਦ ਏ ਤ੍ਰਾਂਚ ਤੋਂ ਕੰਟੈਂਪੋਰਾਨੇ ਮਿੰਤੇ ਇਕੱਠੇ ਜਾਣਗੇ ਕਹਿੰਦਾ ਐਮ ਤੇ ਈ ਫਾਲਸੋ 32 ਕੰਪਲੀਟ 33 ਤੇ ਹੁਣ ਇੱਥੇ ਵੀ ਸੇਮ ਹੋਈ ਪਹਿਲਾਂ ਐਚ ਫਿਰ ਡੀ ਤੇ ਫਿਰ ਬੀ ਹੁਣ ਬੀ ਕਰੋਸ ਕਰਦੀ ਪਈ ਹੈ ਬੀ ਕੱਟਦੀ ਪਈ ਉਹਦਾ ਇਸ ਕਰਕੇ ਬੀ ਨਹੀਂ ਪਹਿਲਾਂ ਜਾਏਗੀ ਪਹਿਲਾਂ ਡੀ ਜਾਏਗੀ ਪਹਿਲਾਂ ਐਚ ਡੀ ਤੇ ਫਿਰ ਬੀ ਵੱਧਦੇ ਹਾਂ ਪਹਿਲੇ ਸਵਾਲ ਤੇ ਮੁਰਦੀ ਨੇ ਲਿਖਿਆ ਐਚ ਡੀ ਬੀ ਐਚ ਡੀ ਬੀ ਵੇਰੋ ਬੀ ਦੇਵੇ ਪਸਾਰੇ ਪਹਿਲੋ ਤਿਮੋ ਬੀ ਨੇ ਐਂਡ 'ਚ ਜਾਣਾ ਵੇਰੋ ਅੱਕਾ ਨੋ ਦੇਵੇ ਧਾਰ ਲਾ ਪ੍ਰੈਚਿਡੈਂਸਾ ਦਲ ਕੁੰਬੀ ਕੋਲੋਂ ਐਚ ਕਿਸੇ ਨੂੰ ਪਹਿਲ ਨਹੀਂ ਦੇਗੀ ਵੇਰੋ ਦੀ ਦੇਵੇ ਧਾਰ ਲਾ ਪ੍ਰੈਚਿਡੈਂਸਾ ਅਲਵੀ ਕੋਲੋ ਆਕਾ ਦੀ ਦੇਵੇ ਧਾਰ ਲਾ ਪ੍ਰੈਚਿਡੈਂਸਾ ਆਕਾ ਵੇਰੋ ਦੀ ਦੇਵੇ ਅਤੇਂਦਰੇ ਕਿਵੀ ਕੋਲੋ ਬੀ ਸਿਆਤਾਂਚਿਤਾ ਤੋਂ ਡੀ ਨੂੰ ਵੇਟ ਕਰਨੀ ਪੈਣੀ ਹੈ ਡੀ ਨੂੰ ਵੇਟ ਕਰਨੀ ਪੈਣੀ ਕਿ ਬੀ ਨਿਕਲ ਗਈ ਹੋਵੇ ਫਾਲਸੋ ਅੱਗੇ ਲਿਖਿਆ ਆਰਡਰ ਐਚ ਬੀ ਡੀ ਫਾਲਸੋ ਸੋ ਵੱਧਦੇ ਅੱਗੇ ਅੱਗੇ ਕਹਿੰਦਾ ਬੀ ਆਲਾ ਪ੍ਰੈਚਿਡੈਂਸਾ ਸੁਲਵੀ ਕੋਲੋ ਦੀ
B col pele, D ute. Falso. H e B possono passare contemporaneamente e कट्ठे जा सकते हैं एच बी. फालसो. 634 और इतने भी सेम हुई. सज्जे मुड़ दी भी इस करके एच कोल हक के फिर डी जाएगी फिर बी ते फिर एल. वध्या पहले सवाल ते ऑर्डर लिखे है एच डी बी एल वेरो. इल बी कोल पासा पर प्रीमो एच पहला जाएगी वेरो. बी पासा प्रीमा दल बी कोलो एल बी पहला जाएगी एल तो वेरो. डी देवे दारे ला प्रेसिडेंसा अल बी कोलो एच डी ने पहल देनी है एच नू वेरो. एल ए देवे दारे ला प्रेसिडेंसा अल बी कोलो बी एल ने पहल देनी है बी नू वेरो. एल ए देवे पसारे पर लुल्थिमो एल ने एंड जे जाना है वेरो. डी पासा प्रीमा दल बी कोलो बी डी पहला जाएगी बी तो डी पहला जाएगी बी तो वेरो. बी देवे अतेंद्रे इल ट्रांजिटो दली आल्त्री त्रैवी कोली. बी ने वेट करनी बाकी तीन गड्डियां दी. फालसो. बी ने वेट करनी बाकी दो गड्डियां दी. अगे आका देवे अतेंद्रे केसियानो ट्रांसिताती इवी कोली डी ए बी. एच ने कहना वेट करनी इतो फालसो हो गया. अगे कहना इवी कोली एल ए डी पासनो कंटेंपोरेनेमेंटे. कंटेंपोरेनेमेंटे तो कोई भी नहीं हैगी. फालसो. ऑर्डर लिखे हो भी गलत. एच डी एल बी भी गलत है. अगे कहना Il vicolo B, dato che svolta a sinistra, non ha diritto di precedenza su alcun vicolo. B, सज्जे मुड़न लगी है इस करके कहना देखो किसी भी गड्डी उत्ते पहल नहीं हैगी. फालसो. ए चौराहा ही ऐसा है जिथे अपन सज्जे नू पहल देनी जिस करके बी कोल पहल का हक हैगा है एल उत्ते. बदे अगले सवाल ते. एल ए डी हैं ला प्रेसिडेंसा परके नॉन एफेतुआनो स्वोलते. एल ते डी कोल हक के पहल दा क्योंकि उन्होंने नहीं मुड़ना. एल ते डी उदों सीधा जान दिया ने कहंदा इस करके उन्हां कोल हक के पहल दा. फालसो. 34 कंप्लीट. 35 हुण इत्थे ध्यान देखो इत्थे त्राम आ गई है. मैं शुरू तो कहंदा आ वी त्राम जिथे होएगी त्राम सब तो पहला जाएगी क्योंकि त्राम ने जाना हुंदा पटरी उत्ते इस करके त्राम जाएगी हमेशा पहला. सो ए ने कोदा मुड़ना वो भी निकल सकदी ते एल जिन्हें अंदरले पासे मुड़ना दोनों का रोड भी अलग है इस करके ए ते एल दोनों इकट्ठे जा सकते हैं. तो उस तो बाद सी पहला त्रां फिर ए ते एल फिर सी. वध्दे हैं पहले सवाल ते. इवी करो ती त्रां सीधा पर प्रीमो ती सब तो पहला निकलेगी वेरो. अगे ने ओरिजिनल लिखा है ती एल ए इनफिनिटी सेम हुई भी टी पहला फिर ए ते एल दोनों इकट्ठे फिर सी. दोनों का पाथ अलग है दोनों का रस्ता अलग है एक ने इधर जाना एक ने इधर जाना रोड एक दूजे नहीं कटता पाया प्रेसिडेंसा भी है. सो ए ते एल दोनों इकट्ठे जा सकते हैं. बदे अगे 636 ते हुण इत्थे एक त्राम बनी हुई है ते एक ट्रक है ते एक गड्डी है. पहला जाएगी त्राम सब तो पहला हमेशा दी तरह ते ए दे सज्जे विच ओ इस करके फिर ओ ते फिर ए टी ओ ए. बदे हैं पहले सवाल ते. इन वी कोलो टी ट्रांसिता पर प्रीमो हमेशा ही पहला ही जाएगी. जो भी त्राम आ जाए त्राम हमेशा पहला जाएगी वेरो. इल वीकलो आ देवे अतेंद्रे इल ट्रांजिटो दल वीकलो ओ. ए नू वेट करनी पैनी ओ दे निकलन दी वेरो. इल वीकलो ओ देवे अतेंद्रे इल ट्रांजिटो दल वीकलो टी ते जड़ी ओ वे उनू वेट करनी पैनी टी दी ओ नू वेट करनी पैनी टी दी. फिर ओडी ने लिखा टी ओ आ वेरो. इल वीकलो ओ ट्रांजिटा प्रीमा दल वीकलो आ जड़ी ओ वे ओ जाएगी पहला ए तो जड़ी ओ वे ओ पहला जाएगी ए तो वेरो. अगे कहता इल वीकलो ती देवे अतेंद्रे इल ट्रांजिटो दल वीकलो ओ. फालस हो गया ती नू तो वेट करना ही नहीं है. ओ देवे अतेंद्रे इल ट्रांजिटो दल वीकलो आ. ओ देवे अतेंद्रे ओ नू कहता वेट करना पैना ए दा. फालस हो गया. अगे कहता ती देवे अतेंद्रे इल ट्रांजिटो आ ती ने तो वेट करना ही नहीं है इस करके फालस हो. और दिन लिखे अगे वह भी फालस हो. हूँ इतने कहता ईवी कोली आ ए ती ट्रांजिटो कंटेंपोरेनी मेंते इकट्ठे जाएंगे ए ते टी. फालसो. 637 हुण इत्थे एक होर गड्डी जोड़ती इहदे विच. सो हुण इत्थे की बनेगा त्राम हमेशा दी तरह पहला ही ते बी दे सज्जे विच कोई नहीं है फिर बी बी दे निकलन तो बाद ए जदू ए दे सज्जे विच कोई नहीं रहा फिर ए फिर सी जे दे सज्जे विच कोई नहीं रहा. सो इत्थे वधदे आ पहले सवाल ते. इल वीकोलो आ देवे दारे ला प्रेसिडेंसा अल त्राम ए अल वीकोलो बी. ए नूं पहल देनी पैनी है त्राम नूं ते वीकोलो बी नूं. ए ने पहल देनी बी नूं ते त्राम नूं वेरो. हुण इत्थे ध्यान दे गल नूं
ਤੇ ਬੀ ਇਹ ਦੋਨੋਂ ਇਕੱਠੇ ਜਾ ਸਕਦੇ ਨੇ ਕਿਉਂਕਿ ਇਹਨਾਂ ਦੋਨਾਂ ਦਾ ਰਸਤਾ ਹੀ ਅਲੱਗ ਹੈ, ਦੋਨਾਂ ਦਾ ਇੱਕ ਰਸਤਾ ਨਹੀਂ ਹੈਗਾ। ਤਰਾਮ ਨੇ ਸਿੱਧਾ ਨਿਕਲ ਜਾਣਾ, ਬੀ ਨੇ ਸਿੱਧਾ ਨਿਕਲ ਜਾਣਾ, ਸੋ ਇਹਨਾਂ ਦੋਨਾਂ ਨੇ ਕਿਸੇ ਨੂੰ ਪਹਿਲ ਨਹੀਂ ਦੇਣੀ, ਇਹ ਸਿੱਧਾ ਹੀ ਜਾ ਸਕਦੇ ਨੇ। ਅੱਗੇ ਕਹਿੰਦਾ ਐਲਵੀ ਕੋਲੋ ਆ ਅਲਾ ਪ੍ਰੈਸੀਡੈਂਸਾ ਰਿਸਪੈਕਟੋ ਐਲਵੀ ਕੋਲੋ ਚੀ, ਏ ਕੋਲ ਪਹਿਲੇ, ਜਿਹੜੀ ਏ ਆ ਉਹਦੇ ਕੋਲ ਪਹਿਲੇ ਸੀ ਉੱਤੇ, ਵੇਰੋ ਆਰਡਰ ਲਿਖਿਆ 30 ਏ ਬੀ ਆ ਚੀ, 30 ਏ ਬੀ ਆ ਚੀ, ਵੇਰੋ 30 ਏ ਬੀ ਪੋਸਨੋ ਤ੍ਰਾਂਸਿਤਾਰੇ ਕੰਟੈਂਪੋਰਾ ਨੇ ਮਿੰਤੇ। 30 ਤੇ 20 ਕਹਿੰਦਾ ਇਕੱਠੇ ਜਾ ਸਕਦੇ ਨੇ, ਜਾ ਸਕਦੇ ਨੇ, ਅਲੱਗ ਰੋਡ ਇਹਨਾਂ ਦਾ, ਅਲੱਗ ਦਿਸ਼ਾ ਵੱਲ ਨੂੰ ਜਾ ਰਹੇ ਨੇ, ਸਵੀ ਵੇਰੋ। ਅੱਗੇ ਕਹਿੰਦਾ ਵੀ ਕੋਲੋ ਚੀ ਤ੍ਰਾਂਸਿਤਾ ਪਰ ਲੁਲਤੀਮੋ, ਸੀ ਜਿਹੜੀ ਉਹ ਐਂਡ 'ਚ ਜਾਏਗੀ, ਵੇਰੋ 30 ਏ ਚੀ ਤ੍ਰਾਂਸਿਤਾ ਨੂੰ ਕੁੰਤੇਪੁਰਾ ਨੇ ਮਿੰਤੇ, 30 ਤੇ ਸੀ ਦੋਨੋਂ ਇਕੱਠੇ ਜਾਣਗੇ, ਫਾਲਸੋ। ਅੱਗੇ ਔਰਦੇ ਨੇ ਲਿਖਿਆ 30 ਬੀ ਚੀ ਆ, ਫਾਲਸੋ। ਅੱਗੇ ਆ ਤ੍ਰਾਂਸਿਤਾ ਪਰ ਲੁਲਤੀਮੋ, ਆਣੇ ਦੇ ਤੀਸਰੇ ਨੰਬਰ ਤੇ ਜਾਣਾ, ਇਸ ਕਰਕੇ ਫਾਲਸੋ ਹੈ ਵੀ। 30 ਬੀ ਚੀ ਤ੍ਰਾਂਸਿਤਾ ਨੂੰ ਕੁੰਤੇਪੁਰਾ ਨੇ ਮਿੰਤੇ, 30 ਬੀ ਸੀ ਇੱਕੋ ਦਮ ਜਾਣਗੇ, 30 ਬੀ ਸੀ ਇੱਕੋ ਨਾਲ ਜਾਣਗੇ, ਫਾਲਸੋ। ਅੱਗੇ ਬੀ ਦੇਵੇਦਾਰ ਲਾ ਪ੍ਰੈਸੀਡੈਂਟ ਸਾਲ ਵੀ ਕੋਲੋ ਆ, ਫਾਲਸੋ। ਬੀ ਨੇ ਪਹਿਲ ਦੇਣੀ ਏ ਨੂੰ, ਫਾਲਸੋ ਹੋ ਗਿਆ। 37 ਕੰਪਲੀਟ, 38 ਦੇ ਹੁਣ ਇੱਥੇ ਵੀ ਇੱਕ ਤਰਾਮ ਬਣੀ ਹੋਈ ਹੈ ਤੇ ਇੱਕ ਆਟੋਬੱਸ ਹੈ ਤੇ ਇੱਕ ਪੀ ਹੈ। ਪਹਿਲਾਂ ਜਾਏਗੀ ਤਰਾਮ, ਫਿਰ ਪੀ ਤੇ ਫਿਰ ਐਮ। ਵਧਦੇ ਹਾਂ ਪਹਿਲੇ ਸਵਾਲ ਤੇ। 30 ਤ੍ਰਾਂਸਿਤਾ ਪਰ ਪ੍ਰੀਮੋ, ਟੀ ਪਹਿਲਾਂ ਜਾਏਗੀ ਹਮੇਸ਼ਾ ਹੀ ਤਰ੍ਹਾਂ। ਔਰਦੀ ਨੇ ਲਿਖਿਆ 30 ਪੀ ਐਮ ਏ, 30 ਪੀ ਐਮ ਏ ਆਟੋਬੱਸ, ਇਹਦਾ ਮਤਲਬ ਹੈ ਨਹੀਂ ਕਿ ਇਹਨੂੰ ਪਹਿਲ ਦੇਣੀ ਹੈ, ਆਟੋਬੱਸ ਦੇ ਸੱਜੇ ਪਾਸੇ ਆ ਪੀ, ਸੋ ਪੀ ਦੀ ਬਣੀ ਪਹਿਲ। ਐਮ ਏ ਤ੍ਰਾਂਸਿਤਾ ਪਹਿਲ ਉਲਤੀਮੋ, ਐਮ ਐਂਡ 'ਚ ਜਾਏਗੀ, ਵੇਰੋ। ਅੱਗੇ ਲਿਖਿਆ ਐਮ ਏ ਆਲਾ ਪ੍ਰੈਸੀਡੈਂਸਾ ਪਰ ਕੇ ਐਨ ਸਰਵਿਸਿਓ ਪਬਲਿਕੋ, ਐਮ ਕੋਲ ਕਹਿੰਦਾ ਪ੍ਰੈਸੀਡੈਂਸ ਹੈ ਕਿਉਂਕਿ ਉਹ ਪਬਲਿਕ ਸਰਵਿਸ 'ਚ ਲੱਗੀ ਹੋਈ ਹੈ, ਫਾਲਸੋ। ਐਸਾ ਕੋਈ ਵੀ ਜੇਕਰ ਕੋਈ ਬੱਸ ਬੱਸ ਦੀ ਗੱਲ ਕਰ ਲੱਗਿਆ, ਆਟੋਬੱਸ ਜਾਂ ਫਿਲੋਬੁਸ, ਜੇਕਰ ਉਹ ਲੱਗੀਆਂ ਨੇ ਪਬਲਿਕ ਸਰਵਿਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਕੋਲ ਪਹਿਲ, ਉਹ ਇੱਕ ਗੱਡੀ ਵਾਂਗੂ ਉਹਨਾਂ ਨੂੰ ਟ੍ਰੀਟ ਕੀਤਾ ਜਾਏਗਾ ਕਿਉਂਕਿ ਉਹ ਪਟਰੀ ਉੱਤੇ ਨਹੀਂ ਚੱਲਦੀਆਂ ਪਈਆਂ, ਜਿਹੜੀ ਗੱਡੀ ਪਟਰੀ ਉੱਤੇ ਚੱਲਦੀ ਪਈ ਜਿਵੇਂ ਤਰਾਮ, ਉਹਨਾਂ ਕੋਲ ਹੱਕ ਹੈ, ਫਾਲਸੋ। ਅੱਗੇ ਨੇ ਉਹਦੇ ਲਿਖਿਆ 30 ਐਮ ਏ ਪੀ, ਫਾਲਸੋ। ਅੱਗੇ 30 ਪੋ ਪਸਾਰੇ ਪਰ ਪ੍ਰੀਮੋ ਪੁਰਕੇ ਵੀ ਕੋਲੋ ਐਮ ਏ ਨੋਨ ਸਤਿਆਸ ਬੋਲਜੇਂ ਦੋ ਉਨ ਸਰਵਿਸਿਓ ਪਬਲਿਕੋ ਦਿਲੀਨੀਆ, ਸੋ ਇੱਥੇ ਕਹਿੰਦਾ ਟੀ ਪਹਿਲਾਂ ਜਾ ਸਕਦੀ ਹੈ ਪਰ ਸ਼ਰਤ ਇਹ ਆ ਕਿ ਗੱਡੀ ਜਿਹੜੀ ਐਮ ਏ ਜਿਹੜੀ ਕਿ ਆਪਣੀ ਆਟੋਬੱਸ ਹੈ ਨੋਨ ਸਤਿਆਸ ਬੋਲਜੇਂ ਦੋ ਸਰਵਿਸਿਓ ਪਬਲਿਕੋ ਦਿਲੀਨੀਆ ਵੀ ਉਹ ਪਬਲਿਕ ਸਰਵਿਸ ਵਿੱਚ ਨਾ ਲੱਗੀ ਹੋਵੇ, ਜੇ ਪਬਲਿਕ ਸਰਵਿਸ 'ਚ ਲੱਗੀ ਹੈ ਫਿਰ ਟੀ ਨੂੰ ਪਹਿਲ ਦੇਣੀ ਪੈਣੀ ਐਮ ਨੂੰ, ਇੱਦਾਂ ਇਹਦਾ ਕਹਿਣਾ, ਪਰ ਜਦੋਂ ਇੱਕ ਆਟੋਬੱਸ ਜਾਂ ਫਿਲੋਬਸ ਪਬਲਿਕ ਸਰਵਿਸ ਵਿੱਚ ਲੱਗੀ ਹੋਵੇ ਤਾਂ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ, ਫਾਲਸੋ। 38 ਕੰਪਲੀਟ, 39, ਹੁਣ ਇੱਥੇ ਵੀ ਇੱਕ ਤਰ੍ਹਾਂ ਹੈ ਜਿਹੜੀ ਸਿੱਧੀ ਜਾਏਗੀ, ਫਿਰ ਏ ਤੇ ਫਿਰ ਐਸ। ਹੁਣ ਐਸ ਨੂੰ ਤੁਸੀਂ ਦੇਖਦੇ ਪਿਓ, ਐਸ ਜਿਵੇਂ ਕਿ ਰੋਡ ਕੱਟਦੀ ਪਈ ਹੈ ਏ ਦਾ, ਏ ਦਾ ਰਸਤਾ ਕੱਟਦੀ ਪਈ ਹੈ ਐਸ, ਸੋ ਇਸ ਕਰਕੇ ਐਸ ਨੂੰ ਵੇਟ ਕਰਨਾ ਪੈਣਾ ਏ ਦਾ। ਵਧਦੇ ਹਾਂ ਪਹਿਲੇ ਸਵਾਲ ਤੇ। ਦੋਵੇਂਦੋ ਅਤਰਾਵੈਰਸਾਰੇ ਲਿੰਕਰੋਚੋ ਰਿਪ੍ਰੈਜ਼ੈਂਟਾਤੋ ਨਾਲ ਫਿਗੂਰਾ ਈ ਵੀ ਕੋਲੋ 30 ਤ੍ਰਾਂਸਿਤਾ ਪਰ ਪ੍ਰੀਮੋ, ਟੀ ਹਮੇਸ਼ਾ ਪਹਿਲਾਂ ਜਾਏਗੀ, ਤ੍ਰਾਮੇ ਵੇਰੋ। ਇਲ ਵੀ ਕੋਲੋ ਆ ਤ੍ਰਾਂਸਿਤਾ ਸੁਬਿਤੋ ਦੋਪੋ ਇਲ ਵੀ ਕੋਲੋ 30, ਏ ਬਾਅਦ 'ਚ ਜਾਏਗੀ ਟੀ ਤੋਂ, ਜਿਵੇਂ ਟੀ ਨਿਕਲ ਗਈ ਉਵੇਂ ਏ ਜਾਏਗੀ, ਵੇਰੋ। ਅੱਗੇ ਕਹਿੰਦਾ ਹੈ ਵੀ ਕੋਲੋ ਐਸ ਏ ਦੇਵੇ ਤੇਂਦਰੇ ਦੇ ਵੀ ਕੋਲੀ 30 ਏ ਆ, ਟੀ ਤੇ ਏ ਦਾ ਵੇਟ ਕਰਨਾ ਪੈਣਾ ਐਸ ਨੂੰ, ਵੇਰੋ। ਔਰਦੀ ਨੇ ਲਿਖਿਆ ਟੀ ਏ ਐਸ ਏ, ਟੀ ਏ ਐਸ, ਵੇਰੋ ਹੋ ਗਿਆ। ਹੁਣ ਇੱਥੇ ਧਿਆਨ ਦੇਵੋ ਕਿ ਸੱਜਾ ਪਾਸਾ ਤੇ ਐਸ ਦਾ ਵੀ ਖਾਲੀ ਹੈ, ਜਦੋਂ ਤ੍ਰਾਮ ਨਿਕਲ ਗਈ ਤੇ ਸੱਜਾ ਪਾਸਾ ਐਸ ਦਾ ਵੀ ਖਾਲੀ ਹੈ, ਐਸ ਵੀ ਜਾ ਸਕਦਾ ਸੀ ਪਰ ਏ ਜਾਣ ਡਿਆ, ਕਿਉਂ ਜਾਣ ਡਿਆ ਕਿਉਂਕਿ ਏ ਸਿੱਧਾ ਜਾਣ ਡਿਆ ਤੇ ਐਸ ਉਹਦੇ ਰਸਤੇ ਨੂੰ ਕ੍ਰੋਸ ਕਰਦਾ ਪਿਆ, ਮਤਲਬ ਕਿ ਉਹ ਮੁੜਦਾ ਪਿਆ ਆਪਣੇ ਖੱਬੇ ਪਾਸੇ, ਸੋ ਇਸ ਕਰਕੇ ਐਸ ਨੂੰ ਵੇਟ ਕਰਨੀ ਪੈਣੀ। ਬੰਦੇ ਅੱਗੇ ਵੀ ਕੋਲੋ ਆ ਤ੍ਰਾਂਸਿਤਾ ਪਰ ਪ੍ਰੀਮੋ, ਫਾਲਸੋ। ਉਹਦੇ ਲਈ ਲਿਖਿਆ ਵੀ ਗਲਤ। ਅੱਗੇ ਕਹਿੰਦਾ ਇਲ ਵੀ ਕੋਲੋ ਐਸ ਏ ਤ੍ਰਾਂਸਿਤਾ ਦੋਪੋ ਇਲ ਵੀ ਕੋਲੋ 30, ਮਾਂ ਪ੍ਰੀਮਾ ਦਿਲ ਵੀ ਕੋਲੋ ਆ, ਜਿਹੜੀ ਐਸ ਏ ਹੋ ਜਾਏਗੀ ਬਾਅਦ ਚੋਂ ਟੀ ਤੋਂ ਪਰ ਪਹਿਲਾਂ ਏ ਤੋਂ, ਫਾਲਸੋ। ਨਿੱਕੀ ਜੀ ਗੱਲ ਹੈ, ਧਿਆਨ ਰੱਖਿਓ ਐਸ ਨੇ ਬਾਅਦ 'ਚ ਜਾਣਾ। ਅੱਗੇ ਵੀ ਕੋਲੀ ਆ ਏ ਐਸ ਏ ਤ੍ਰਾਂਸਿਤਾ ਕੰਟੈਂਪੋਰਾ ਨੇ ਮਿੰਤੇ ਦੋਪੋ ਇਲ ਪਸਾ ਜੋ ਦਿਲ ਵੀ ਕੋਲੋ 30, ਜਿਵੇਂ ਕਹਿੰਦਾ ਟੀ ਨਿਕਲ ਗਈ ਏ ਤੇ ਐਸ ਦੋਨੋਂ ਇਕੱਠੇ ਜਾ ਸਕਦੇ ਨੇ, ਇਕੱਠੇ ਜਾਣਗੇ ਤਾਂ ਐਕਸੀਡੈਂਟ ਹੋਏਗਾ, ਇਸ ਕਰਕੇ ਫਾਲਸੋ। ਸੋ ਓਕੇ ਜੀ, ਇਹਦੇ ਨਾਲ ਹੀ ਆਪਾਂ ਖਤਮ ਕਰਦੇ ਆਪਣੀ ਅੱਜ ਦੀ ਵੀਡੀਓ। ਤੇ ਪਿਛਲੀ ਵਾਰ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਣਾ, ਪਿੱਛੇ ਜਿਹੜਾ ਮੈਂ ਉਹਨੇ ਕਰਵਾ ਕੇ ਟਾਈਮ ਪਿੱਛੇ ਪੇਜ ਨੰਬਰ ਉਹਦੇ ਸਾਰਾ ਕਲੀਅਰ ਹੋ ਗਿਆ ਸੀ ਉਹ, ਤੇ ਹੁਣ ਗੱਲ ਕਰਦੇ ਹਾਂ ਨਵੇਂ ਸਵਾਲ ਦੀ। ਸੋ ਓਕੇ ਜੀ, ਇਹ ਆਪਣਾ ਨਵਾਂ ਤਰੀਕਾ ਸਵਾਲ ਪੁੱਛਣ ਦਾ, ਕਿਉਂਕਿ ਪਿਛਲੇ ਤਰੀਕੇ ਵਿੱਚ ਕੀ ਹੁੰਦਾ ਸੀ, ਗੜਬੜ ਹੁੰਦੀ ਸੀ, ਇੱਕ ਛੋਟੀ ਜਿਹੀ ਗਲਤੀ ਹੁੰਦੀ ਸੀ। ਸਵਾਲ ਜਿਹੜਾ ਮੈਂ ਪੁੱਛਦਾ ਸੀ ਉਹ ਪੁੱਛਦਾ ਸੀ ਕਿਉਂ ਵੇਰਵਾ ਤੇ ਕਿਉਂ ਫਾਲਸੋ ਆ, ਉਹਦੇ 'ਚ ਕੀ ਪ੍ਰੋਬਲਮ ਆਉਂਦੀ ਪਈ ਸੀ ਵੀ ਜਿਹੜੀ ਸਾਡੇ ਸਰੋਤੇ ਨੇ ਉਹਨਾਂ ਨੂੰ ਲਿਖਣ ਵਿੱਚ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹਨਾਂ ਨੂੰ ਲਿਖਣਾ ਪੈਂਦਾ ਸੀ ਬਹੁਤ ਜ਼ਿਆਦਾ,
ਕਿਉਂ ਮੈਂ ਇਸ ਕਰਕੇ ਪੁੱਛਦਾ ਸੀ ਵੀ ਵੇਰੋ ਉੱਥੇ ਫਾਲਸੋ ਕਿਉਂ ਹੋਇਆ ਇਦਾਂ ਦੱਸੋ, ਤਾਂ ਜੋ ਆਪਣੇ ਦਿਮਾਗ ਵਿੱਚ ਇਹ ਗੱਲ ਸਹੀ ਤਰੀਕੇ ਨਾਲ ਪੈ ਸਕੇ ਵੀ ਇਹ ਕਿਉਂ ਵੇਰੋ ਤੇ ਕਿਉਂ ਫਾਲਸੋ ਆ। ਤੇ ਜੇਕਰ ਕਿਸੇ ਨੂੰ ਇਹਦਾ ਆਂਸਰ ਨਹੀਂ ਵੀ ਪਤਾ ਹੁੰਦਾ ਉਹ ਨੀਚੇ ਜਾ ਕੇ ਕਮੈਂਟ ਪੜ੍ਹ ਸਕਦਾ ਸੀ, ਪੜ੍ਹ ਕੇ ਤੇ ਆਪਣਾ ਵੇਰੋ ਫਾਲਸੋ ਦਾ ਜਵਾਬ ਉਹ ਦੇ ਸਕਦਾ ਸੀ। ਪਰ ਇੱਥੇ ਗਲਤੀ ਇਹ ਹੋਈ ਕਿ ਜਿਹੜਾ ਟਾਈਪਿੰਗ ਵਾਲਾ ਜਿਹੜਾ ਸਿਸਟਮ ਸੀ ਵੀ ਟਾਈਪ ਕਰਨਾ ਪੈਣਾ, ਉਹਨਾਂ ਨੂੰ ਬਹੁਤ ਜ਼ਿਆਦਾ ਟਾਈਪ ਕਰਨਾ ਪੈਂਦਾ ਸੀ, ਸੋ ਜਿਹਦੇ 'ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਸੀ ਓਬਵੀਅਸਲੀ। ਸੋ ਮੈਂ ਸੋਚਿਆ ਚਲੋ ਹੁਣ ਫਿਰ ਤੋਂ ਉਸੇ ਪੁਰਾਣੇ ਤਰੀਕੇ ਤੋਂ ਆ ਜਾਂਦੇ, ਪਰ ਥੋੜ੍ਹਾ ਜਿਹਾ ਬਦਲ ਕੇ। ਤੇ ਇਸ ਜਿਹੜਾ ਨਵਾਂ ਸਿਸਟਮ ਇਹਦੇ ਅਕੋਰਡਿੰਗ ਤੁਸੀਂ ਹਮੇਸ਼ਾ ਇਸ ਤਰ੍ਹਾਂ ਪਹਿਲਾਂ ਜਿਵੇਂ ਪਾਉਂਦੇ ਹੁੰਦੇ ਸੀ ਵੇਰੋ ਜਾਂ ਫਾਲਸੋ, ਉਵੇਂ ਹੀ ਲਿਖੋਗੇ ਤੇ ਜਵਾਬ ਉਸ ਤੋਂ ਅਗਲੀ ਵੀਡੀਓ 'ਚ ਮਿਲੇਗਾ ਵੀ ਕਿਉਂ ਵੇਰੋ ਹੋਇਆ ਤੇ ਕਿਉਂ ਫਾਲਸ ਹੋਇਆ। ਸੋ ਚਲੋ ਜੀ ਸ਼ੁਰੂ ਕਰਦੇ ਹਾਂ ਆਪਣਾ ਨਵਾਂ ਤਰੀਕਾ ਸਵਾਲ ਪੁੱਛਣ ਦਾ। ਤੇ ਪਹਿਲਾ ਸਵਾਲ ਮੇਰਾ ਹੈ, ਲਾ ਕੋਰਸੀਆ ਦੇ ਚਲਰਾ ਸਿਓਨੇ ਸਰਵੇ ਪਰ ਰੀਐਂਟਰਾ ਰੇ ਸੁਲਾ ਕਰੇ ਜਾਤਾ ਦੇ ਲਾਉ ਤੋ ਸਤਰਾਦਾ ਦੋਪੋ ਕੇ ਸੀ ਆਉਸ਼ੀਤੀ ਦਾ ਉਹਨਾਂ ਆਰੇ ਦੀ ਸਰਵਿਸਿਓ। ਇਹ ਹੈ ਮੇਰਾ ਪਹਿਲਾ ਸਵਾਲ ਤੇ ਇਹਦਾ ਜਵਾਬ ਮੈਨੂੰ ਕਮੈਂਟਾਂ ਵਿੱਚ ਦਿਓ। ਦੋ ਸਵਾਲ ਪੁੱਛਾਂਗਾ, ਪਹਿਲਾ ਇਹ ਆ, ਦੂਸਰਾ ਲਾ ਕੋਰਸੀਆ ਦੇ ਚਲਰਾ ਸਿਓਨੇ ਸਰਵੇ ਪਰ ਉਸ਼ੀਰੇ ਦਾ ਉਹਨਾਂ ਪਿਆਸੋਲਾ ਦੀ ਸੋਸਤਾ। ਦੋਨਾਂ ਜਵਾਬ ਮੈਨੂੰ ਕਮੈਂਟਾਂ 'ਚ ਲਿਖਿਓ, ਜਿਹੜਾ ਵੇਰੋ ਆ ਉਹਦਾ ਵੀ ਪਾ ਦਿਓ, ਜਿਹੜਾ ਫਾਲਸੋ ਉਹਦਾ ਐਫ ਪਾ ਦਿਓ, ਤੇ ਦੋਨਾਂ ਨੂੰ ਇਕੱਠੇ ਹੀ ਪਾਇਓ, ਅਲੱਗ ਅਲੱਗ ਕਮੈਂਟ ਨਹੀਂ ਕਰਨਾ। ਸੋ ਇਹਦੇ ਨਾਲ ਤੁਹਾਡਾ ਟਾਈਮ ਬਚੇਗਾ, ਮੇਰਾ ਵੀ ਬਚੇਗਾ। ਤੇ ਮੈਂ ਸ਼ੁਰੂ ਕਰਨਾ ਮੈਂ ਬਿਲਕੁਲ ਪਹਿਲੇ ਚੈਪਟਰ ਤੋਂ, 14 ਚੈਪਟਰ ਆਪਣੇ ਕੰਪਲੀਟ ਹੋ ਜਾਣੇ ਨੇ ਕੱਲ ਨੂੰ, ਤੇ ਇਹਦੇ ਤੋਂ ਬਾਅਦ ਆਪਣਾ ਜੇ ਮੈਂ 14 ਚੈਪਟਰਾਂ ਵਿੱਚੋਂ ਜਿੱਧਰੋਂ ਵੀ ਸਵਾਲ ਮਾਰਾਂ ਉਹਦਾ ਜਵਾਬ ਮੈਨੂੰ ਤੁਸੀਂ ਦਿਓਗੇ ਵੇਅਰ ਆਫ ਫਾਲਸੋ ਵਿੱਚ ਕਰਕੇ। ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਵੀ ਪਤਾ ਲੱਗ ਸਕੇ ਵੀ ਕਿੰਨੇ ਪਾਣੀ 'ਚ ਆਪਾਂ, ਕਿੰਨੇ ਨਹੀਂ ਹੈਗੇ। ਸੋ ਚੰਗਾ ਜੀ, ਜੇਕਰ ਤੁਹਾਨੂੰ ਇਹ ਤਰੀਕਾ ਵਧੀਆ ਲੱਗਦਾ ਤਾਂ ਮੈਨੂੰ ਕਮੈਂਟਾਂ ਵਿੱਚ ਇਹ ਵੀ ਆਪਣੀ ਰਾਏ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵਾਲਾ ਤਰੀਕਾ ਵਧੀਆ ਲੱਗਿਆ ਜਾਂ ਉਸ ਤੋਂ ਪਹਿਲਾਂ ਵਧੀਆ ਸੀ ਜਾਂ ਉਹ ਸਭ ਤੋਂ ਪਹਿਲੇ ਵਾਲਾ ਵਧੀਆ ਸੀ। ਕਮੈਂਟਾਂ ਜ਼ਰੂਰ ਦੱਸਿਓ ਮੈਨੂੰ, ਪਲੀਜ਼ ਦੱਸਿਓ, ਕਿਉਂਕਿ ਤੁਹਾਡੇ ਕਮੈਂਟਾਂ ਦੀ ਮੈਂ ਹਮੇਸ਼ਾ ਉਡੀਕ ਕਰਦਾ, ਬਹੁਤ ਘੱਟ ਕਮੈਂਟਾਂ ਦੇ ਨੇ, ਕਮੈਂਟ ਜ਼ਰੂਰ ਕਰਿਆ ਕਰੋ। ਤੇ ਜੇਕਰ ਕੋਈ ਸਾਨੂੰ ਡੋਨੇਟ ਕਰਨਾ ਚਾਹੁੰਦਾ ਤਾਂ ਉਹ ਡੋਨੇਸ਼ਨ ਵੀ ਕਰ ਸਕਦਾ, ਸਾਡਾ ਡੋਨੇਸ਼ਨ ਲਿੰਕ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ। ਮਿਲਾਂਗੇ ਤੁਹਾਨੂੰ ਨੈਕਸਟ ਐਪੀਸੋਡ ਵਿੱਚ, ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਜ਼ਰੂਰ ਕਰਕੇ ਜਾਇਓ ਤੇ ਰੱਬ ਰਾਖਾ।